ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਕੋਰੋਨਾ ਯੋਧਿਆਂ ਦੇ ਲਈ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ, ਉੱਥੇ ਹੀ ਆਸ਼ਾ ਵਰਕਰ ਅਤੇ ਫੈਸਿਲੀਟੇਟਰ ਯੂਨੀਅਨ ਦੇ ਵੱਲੋਂ ਪਰੇਸ਼ਾਨ ਹੋ ਕੇ ਅੱਜ ਮਾਨਸਾ ਦੇ ਜੱਚਾ ਬੱਚਾ ਹਸਪਤਾਲ ਵਿੱਚ 2 ਦਿਨ ਦਾ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ। ਜਾਣਕਾਰੀ ਦਿੰਦਿਆਂ ਆਸ਼ਾ ਵਰਕਰਾਂ ਨੇ ਦੱਸਿਆ ਕਿ ਲਗਾਤਾਰ 12 ਸਾਲਾਂ ਤੋਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਪਿੱਟ ਸਿਆਪਾ ਕਰ ਰਹੀਆਂ ਨੇ, ਪਰ ਹਰ ਵਾਰ ਸਰਕਾਰ ਆਉਂਦੀ ਹੈ ਅਤੇ ਚਲੀ ਜਾਂਦੀ ਹੈ, ਪਰ ਸਾਡੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਯੂਨੀਅਨ ਦੇ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾਅਵੇ ਤਾਂ ਵੱਡੇ ਵੱਡੇ ਕਰ ਰਹੀ ਹੈ, ਪਰ ਜਿੱਥੇ ਕੋਰੋਨਾ ਯੋਧਿਆਂ ਲਈ ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ, ਉੱਥੇ ਹੀ ਜੋ ਆਸ਼ਾ ਵਰਕਰਾਂ ਕੋਰੋਨਾ ਦੇ ਦੌਰ ਦੇ ਵਿੱਚ ਘਰ ਘਰ ਜਾ ਕੇ ਕਿੱਟਾਂ ਵੰਡ ਰਹੀਆਂ ਸਨ, ਉਹਨਾਂ ਵੱਲ ਸਰਕਾਰ ਦਾ ਹਾਲੇ ਤੱਕ ਧਿਆਨ ਨਹੀਂ ਗਿਆ। ਉਹਨਾਂ ਕਿਹਾ ਕਿ ਸਾਡਾ ਇਨਸੈਂਟਿਵ ਵਧਾਉਣਾ ਚਾਹੀਦਾ ਅਤੇ ਤਨਖਾਹਾਂ ਦੇ ਵਿੱਚ ਵਾਧਾ ਕਰਨਾ ਚਾਹੀਦਾ ਤਾਂ ਜੋ ਅਸੀਂ ਵੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਸਕੀਏ। ਜੇਕਰ ਪੰਜਾਬ ਸਰਕਾਰ ਨੇ ਹਾਲੇ ਵੀ ਸਾਡੀਆਂ ਮੰਗਾਂ ਦੇ ਵੱਲ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਮੇਰਾ ਨਾਮ ਗੁਰਮੀਤ ਕੌਰ ਸਰ, ਆਸ਼ਾ ਵਰਕਰ MCH ਮਾਨਸਾ। ਅਸੀਂ ਅੱਜ 5 ਤਰੀਕ ਦੀ ਹੜਤਾਲ ਕੀਤੀ ਹੈ ਆਸ਼ਾ ਵਰਕਰ ਨੇ ਸਾਰੀਆਂ ਨੇ। ਮੈਨੂੰ ਸਮਝ ਨਹੀਂ ਆਉਂਦੀ ਇਹ ਸਰਕਾਰਾਂ ਕਿੱਥੇ ਸੁੱਤੀਆਂ ਪਈਆਂ ਨੇ, ਜਦੋਂ ਕਿ ਅਸੀਂ ਆਸ਼ਾ ਵਰਕਰਾਂ ਘਰ ਘਰ ਜਾ ਕੇ ਕਰੋਨਾ ਮਰੀਜ਼ਾਂ ਦਾ ਸਰਵੇ ਕਰ ਰਹੇ ਹਾਂ, ਉਹਨਾਂ ਨੂੰ ਮੋਟੀਵੇਟ ਕਰ ਰਹੇ ਹਾਂ। ਇਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਸਾਡਾ ਕੰਮ ਕੌਣ ਕਰ ਰਿਹਾ। ਅਸੀਂ ਸਰ ਸਰਕਾਰ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਡੀਆਂ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਕੈਪਟਨ ਸਾਹਿਬ ਚੌੜੇ ਹੋ ਕੇ ਕਹਿੰਦੇ ਨੇ ਵੀਡੀਓ ਕਾਨਫਰੰਸ 'ਤੇ ਕਿ ਤੁਹਾਡੇ ਘਰ ਕੋਈ ਬੰਦਾ ਆਊਗਾ ਕਿੱਟ ਦੇ ਕੇ ਜਾਊਗਾ। ਕੈਪਟਨ ਸਾਹਿਬ ਨੂੰ ਇਹ ਨਹੀਂ ਪਤਾ ਕਿ ਉਹ ਕਿੱਟ ਕੌਣ ਦੇ ਕੇ ਆਉਂਦਾ। ਇੱਕ ਆਸ਼ਾ ਵਰਕਰ ਆ ਜਿਹੜੀ ਕਰੋਨਾ ਪੋਜ਼ਿਟਿਵ ਮਰੀਜ਼ ਦੇ ਘਰੇ ਜਾਂਦੀ ਆ, ਉਹਨੂੰ ਜਾ ਕੇ ਕਿੱਟ ਦਿੰਦੀ ਆ, ਉਹਨੂੰ ਸਮਝਾਉਂਦੀ ਆ ਕਿੱਦਾਂ ਲੈਣੀ ਆ, ਕਿੱਦਾਂ ਕਿਵੇਂ ਸਾਰਾ ਟ੍ਰੀਟਮੈਂਟ ਕਰਨਾ। ਉਦੋਂ ਕੈਪਟਨ ਸਾਹਿਬ ਕਿਸੇ ਡਾਕਟਰ ਨੂੰ ਕਿਉਂ ਨਹੀਂ ਭੇਜਦੇ, ਉਦੋਂ ਕਿਸੇ ਪੈਰਾਮੈਡੀਕਲ ਸਟਾਫ ਨੂੰ ਕਿਉਂ ਨਹੀਂ ਭੇਜਦੇ। ਸਾਡੀ ਇਹ ਡਿਮਾਂਡ ਹੈ ਸਰਕਾਰ ਤੋਂ ਕਿ ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਜੇਕਰ ਸਾਡੀਆਂ 2 ਦਿਨਾਂ ਦੀ ਹੜਤਾਲ ਨਾਲ ਸਰਕਾਰ ਨੇ ਕੋਈ ਸਾਡੀ ਮੰਗ ਪੂਰੀ ਨਾ ਕੀਤੀ ਤਾਂ ਅਸੀਂ ਆਪਦਾ ਸੰਘਰਸ਼ ਹੋਰ ਤੇਜ਼ ਕਰਾਂਗੇ। ਵੈਲਕਮ। ਸਾਡੀਆਂ ਮੰਗਾਂ ਸਰਕਾਰ ਨੇ ਪਿਛਲੀ ਦੀਵਾਲੀ ਨੂੰ ਮੰਨੀਆਂ ਸੀ ਜੀ। ਜੋ ਮੰਗਾਂ ਸੀ ਉਹਨਾਂ ਨੂੰ ਲਿਖ ਕੇ ਦਿੱਤੀਆਂ ਸੀਗੇ ਵੀ ਜਿਵੇਂ ਸਾਨੂੰ ਹਰਿਆਣਾ ਪੈਟਰਨ ਰੱਖ ਦਿੱਤਾ ਜਾਵੇ, ਸਾਡੀ ਹਾਜ਼ਰੀ ਯਕੀਨੀ ਬਣਾਈ ਜਾਵੇ। ਉਹ ਮੰਗਾਂ ਸਰਕਾਰ ਨੇ ਸਾਡੀਆਂ ਹਾਲੇ ਤੱਕ ਮੰਗੀਆਂ ਨਹੀਂ ਗੀਆਂ। ਉਦੋਂ ਕੇਰਾਂ ਹਾਂ ਕਰਤੀ ਸੀ ਵੀ ਤੁਹਾਡੀਆਂ ਮੰਗਾਂ ਅਸੀਂ ਮੰਨ ਲਾਂਗੇ, ਉਦੋਂ ਬਾਅਦ ਉਹਨਾਂ ਨੇ ਕੋਈ ਰਿਸਪੋਂਸ ਨਹੀਂ ਆਇਆ, ਨਾ ਸਾਡੀਆਂ ਮੰਗਾਂ ਮੰਨੀਆਂ ਨੇ, ਨਾ ਸਾਡੇ ਕੋਲ ਕੋਈ ਹਾਲੇ ਲਿਖਤੀ ਰੂਪ 'ਚ ਆਇਆ। ਇਸ ਕਰਕੇ ਸਾਨੂੰ ਉਹਨਾਂ ਦਾ ਮੰਗ ਪੱਤਰ ਦੇਖਦਿਆਂ ਨੂੰ ਜਦੋਂ ਉਹਨਾਂ ਨੇ ਨਹੀਂ ਸਾਡੀ ਮੰਗ ਮੰਨੀ, ਫਿਰ ਅਸੀਂ ਉਦੋਂ ਬਾਅਦ ਅੱਜ ਹੁਣ ਧਰਨਾ ਲਾਇਆ ਜੀ 2 ਦਿਨਾਂ ਦਾ, 5 ਅਤੇ 6, ਮਤਲਬ ਕਿ ਇਹ ਸਾਡੀਆਂ ਅਲੱਗ ਅਲੱਗ ਡੇਟਾਂ 'ਚ ਹਰ ਇੱਕ ਜ਼ਿਲ੍ਹੇ 'ਤੇ ਧਰਨਾ ਲੱਗੂਗਾ, ਹਰ ਇੱਕ ਬਲਾਕ 'ਚ ਲੱਗੂਗਾ। ਉਸ ਤੋਂ ਬਾਅਦ ਵੀ ਜੇ ਸਰਕਾਰ ਨੂੰ ਨਾ ਜਾਗ ਖੁੱਲ੍ਹੀ, ਨਾ ਸਰਕਾਰ ਨੇ ਸਾਡੀ ਕੋਈ ਗੱਲਬਾਤ ਸੁਣੀ, ਫਿਰ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ ਜੀ, ਜੋ ਵੀ ਸਾਡੀਆਂ ਮੰਗਾਂ ਨੇ ਉਹਨਾਂ ਦੇ ਵਿਸ਼ੇ। ਧਰਨਾ ਦੇ ਰਹੇ ਹਾਂ ਜੀ, ਸਾਡੀ ਇਹ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਅਸੀਂ ਧਰਨਾ ਦੇ ਰਹੇ ਹਾਂ ਜੀ। ਇਹ ਸਰਕਾਰ ਨੇ ਬਿਲਕੁਲ ਇਹਨਾਂ ਦੇ ਕੰਨਾਂ 'ਤੇ ਜੂਣ ਹੀ ਸਰਕੀ ਗਈ। ਅਸੀਂ ਬਹੁਤ ਇੰਨੇ ਸੰਘਰਸ਼ ਦੇ ਵਿੱਚ 22 ਮਾਰਚ 2020 ਤੋਂ ਲੈ ਕੇ ਇੰਨਾ ਤੇਜ਼ ਸੰਘਰਸ਼ ਲੜੀ ਜਾ ਰਹੇ ਹਾਂ ਕਿ ਅਸੀਂ ਬੱਚੇ ਵੀ ਆਪਦੇ ਜਾਣ ਇੰਨੀ ਇਹਨਾਂ ਦੀ ਖਤਰਨਾਕ ਰੱਖੀ ਆ। ਸਾਡੇ ਅੱਧੇ ਅੱਧੇ ਇੰਚ ਸੂਈ ਅੰਦਰ ਵੜ ਜਾਂਦੀ ਆ ਸਾਡੇ। ਜਦੋਂ ਵੈਕਸੀਨ ਕਰਵਾਉਂਦੇ ਹਾਂ ਅਸੀਂ ਸਰਿੰਜਾ ਅਸੀਂ ਖੁਦ ਆਪ ਕੱਟ ਦੇਵਾਂਗੇ। ਦੱਸੋ ਕਿਹੜਾ ਇਹਨਾਂ ਦਾ ਡਾਕਟਰ ਸਾਡੇ ਕੋਲ ਆ ਕੇ ਬਹਿੰਦਾ, ਕਿਹੜਾ BP ਚੈੱਕ ਕਰਦਾ, ਕਿਹੜਾ ਸ਼ੂਗਰ ਚੈੱਕ ਕਰਦਾ ਗਾ। ਇਹ ਸਾਨੂੰ ਪੁੱਛੋ ਅਸੀਂ ਮਰੀਜ਼ ਕਿਵੇਂ ਲੈ ਕੇ ਆਉਂਦੇ ਹਾਂ। ਸਾਨੂੰ ਕਹਿੰਦੇ ਤੁਸੀਂ ਸੈਂਪਲ ਕਰੋ, ਅਸੀਂ ਸੈਂਪਲ ਖੁਦ ਆਪ ਕੀਤੇ, ਸਾਨੂੰ ਅੱਗੇ ਉੱਤੋਂ ਧਮਕੀ ਦਿੱਤੀ ਜੇ ਤੁਸੀਂ ID ਨਾਲ ਲਾਈ ਅਸੀਂ ਤੁਹਾਨੂੰ ਹਟਾ ਦਿਆਂਗੇ। ਸਾਡੀਆਂ ਕੁੜੀਆਂ ਨੇ ਫਿਰ ਵੀ ਆਉਣ ਤੱਕ ਮਿਹਨਤ ਹੋ ਗਈ ਇਹਨਾਂ ਨਾਲ ਕੀਤੀ ਮਿਹਨਤ, ਪਰ ਕਿਸੇ ਨੇ ਸਾਡਾ ਕੋਈ ਮੁੱਲ ਨਹੀਂ ਪਾਇਆ। ਅੱਜ ਵੀ ਅਸੀਂ ਇਹਨਾਂ ਦੇ ਨਾਲ ਪੂਰਾ ਐਨ ਖਹਿਣ ਮਜਾਲ ਚੱਲੀ ਜਾਂਦੇ ਹਾਂ। ਸੰਘਰਸ਼ ਜਮ ਪੂਰਾ ਤੇਜ਼ ਲੜਾਂਗੇ ਅਸੀਂ, ਬਹੁਤ ਤੋਂ ਹੱਦ ਤੋਂ ਵੱਧ। ਕੱਲ੍ਹ ਵੀ ਅਸੀਂ ਪੂਰਾ ਇਹਨਾਂ ਨੂੰ ਰੋਸ ਆਪਣਾ ਦਿਖਾਵਾਂਗੇ। ਇਹਨਾਂ ਨੇ ਸਾਡੀ ਕੋਈ ਪਰਵਾਹ ਨਹੀਂ ਕੀਤੀ, ਇੰਨੀਆਂ ਸਰਕਾਰਾਂ ਆਈਆਂ, ਕਿਸੇ ਨਿਕੰਮੀ ਸਰਕਾਰ ਨੇ ਸਾਡੇ ਵੱਲ ਪੂਰਾ ਧਿਆਨ ਨਹੀਂ ਦਿੱਤਾ ਵੀ ਸਾਡਾ ਕੰਮ ਕਿੱਥੋਂ ਤੋਂ ਕਿੱਥੋਂ ਤੱਕ ਆਇਆ, ਕਿਵੇਂ ਆਇਆ, ਕਿਵੇਂ ਮਰੀਜ਼ ਆਏ, ਕਿਵੇਂ ਕੁੜੀਆਂ ਨੇ ਲਿਆਂਦੇ ਆ, ਕਿਵੇਂ ਵੈਕਸੀਨੇਸ਼ਨ ਕਰਵਾਈ ਆ, ਕਿੱਥੋਂ ਤੱਕ ਹੋਈ ਆ। ਇਹ ਸੁੱਤੀ ਹੋਈ ਸਰਕਾਰ ਦੇ ਕੰਨਾਂ 'ਚ ਪਤਾ ਨਹੀਂ ਕੀ ਰੋੜੇ ਫਸੇ ਹੋਏ ਆ। ਕਿਉਂ ਨਹੀਂ ਸਾਡੀਆਂ ਗੱਲਾਂ ਸੁਣਦੀ, ਕਿਉਂ ਨਹੀਂ ਦੇਖਦੀ ਵੀ ਕਿਵੇਂ ਤੋਂ ਕਿੱਥੋਂ ਕੰਮ ਜਾ ਰਿਹਾ। ਇਹ ਰੂਸਾਂ ਨੂੰ ਤਾਂ ਫਲ ਭੇਜੀ ਜਾਂਦੇ ਅਤੇ ਆਸ਼ਾ ਵਰਕਰ ਕਲੀ ਦੇਖ ਲਵੇ ਵੀ ਉਹਨਾਂ ਨੂੰ ਕੀ ਦੇ ਰਹੀ ਆ ਇਹ ਨਿਕੰਮੀ ਸਰਕਾਰ। ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਜੀ ਨਿਮੋਣੇ ਭੱਤਿਆਂ 'ਤੇ ਅਸੀਂ ਫਰੰਟ ਲਾਈਨ 'ਤੇ ਕੰਮ ਕਰ ਰਹੇ ਹਾਂ, ਉਹਦੇ ਬਦਲੇ ਸਾਨੂੰ ਕੁਛ ਨਹੀਂ ਮਿਲਦਾ। ਇੱਕ 1500 ਰੁਪਏ ਦਿੱਤਾ ਇਹਨਾਂ ਨੇ, 1500 ਰੁਪਏ ਦੇ ਕੇ ਜੇ ਇੱਕ ਦਿਨ ਵੀ ਕੋਈ ਆਸ਼ਾ ਪਛੜਦੀ ਆ ਤਾਂ ਉਹਨੂੰ ਕਹਿੰਦੇ ਤੈਨੂੰ ਕੰਮ ਤੋਂ ਹਟਾ ਦੇਵਾਂਗੇ। ਇਹੋ ਜਿਹੀ ਧਮਕੀਆਂ ਦਿੰਦੇ ਆ ਜੀ, ਨਾ ਕਿ ਕੁਛ ਦੇਣ ਬਦਲੇ। ਇਸ ਕਰਕੇ ਅਸੀਂ ਹਰਿਆਣਾ ਪੈਟਰਨ ਸਾਡਾ ਮੰਨਿਆ ਹੋਇਆ ਇਹਨਾਂ ਨੇ 7 ਸਤੰਬਰ ਤੋਂ ਲੈ ਕੇ, ਅਸੀਂ ਕਹਿੰਦੇ ਜਲਦੀ ਤੋਂ ਜ਼ਿਆਦਾ ਜਲਦੀ ਸਾਡਾ ਹਰਿਆਣਾ ਪੈਟਰਨ ਦਿੱਤਾ ਜਾਵੇ, ਸਾਡੀ ਹਾਜ਼ਰੀ ਨਿੱਤ ਦੀ ਯਕੀਨੀ ਬਣਾਈ ਜਾਵੇ ਜੀ, ਅਤੇ ਉਹ ਸਮਾਰਟ ਫੋਨ ਦਿੱਤੇ ਜਾਣ ਜੀ। ਘੱਟੋ ਘੱਟ 15,000 ਰੁਪਏ ਦਿੱਤਾ ਜੀ, ਵਾਧੂ ਦਾ ਕੰਮ ਲੈਣਾ ਬੰਦ ਕਰੀ ਜੀ। ਜਿਵੇਂ ਕਿ ਹੈਗੇ ਮਤਲਬ ਜਿੱਥੇ CHO ਨੇ ਜੀ ਉੱਥੇ ਕੁੜੀਆਂ ਨੂੰ 1000 ਰੁਪਇਆ ਮਿਲਦਾ ਜੀ, ਜਿੱਥੇ PSCਆਂ ਨੇ ਉੱਥੇ CHO ਤੋਂ ਬਿਨਾਂ ਕੁਛ ਨਹੀਂ ਮਿਲਦਾ। ਇਸ ਕਰਕੇ ਕਹਿੰਦੇ ਹਾਂ ਵੀ ਉਹਨਾਂ ਕੁੜੀਆਂ ਨੂੰ ਵੀ ਉਹ CHO ਵਾਲੇ 'ਚ ਭਾਵੇਂ ਮੈਡੀਕਲ ਅਫਸਰ ਨੂੰ ਦੇਣ ਸਾਡੇ ਪੈਸੇ, ਚਾਹੇ ਸਾਡੀ ਸਟਾਫ ਨਰਸ ਨੂੰ ਦੇਣ, ਕਿਸੇ ਨੂੰ ਵੀ ਦੇਣ, ਉਹਦੇ ਘੇਰੇ 'ਚ ਸਾਨੂੰ ਲਿਆਂਦਾ ਜਾਵੇ ਜੀ। ਇਹ ਸਾਡੀਆਂ ਮੰਗਾਂ ਨੇ ਜੀ। ਜੇਕਰ
सेहत मंत्री साहब नी अपील है कि जे तो जल्दी लागू कर दिया तो ठीक है, नहीं अगे तो असं तिखा संघर्ष करा सिर धड़ दी बाजी ला के रहा अपन हकी मंगा लैके रहा।